ਓਹੋ, ਮੈਂ ਕਦੇ ਲੱਭੀ ਜਾਣੀ ਭਾਜੀ ਇੱਥੇ ਫਿਰਨ ਰਹਿਣ। ਦੱਸ ਭਰਜਾਈ, ਸਾਗ ਤੋੜ ਕੇ ਰੱਖਿਆ ਤੇਰੇ ਵਾਸਤੇ। ਅੱਛਾ ਅੱਛਾ, ਮੈਂ ਦੋ ਮੂਲੇ ਪੱਟ ਲਈਏ ਨਾਲ। ਅੱਛਾ ਚਲੋ, ਉਹ ਤੇ ਕੋਈ ਗੱਲ ਨੀ, ਪਰ ਤੇਰੇ ਲਈ ਇੱਕ ਖੁਸ਼ਖਬਰੀ ਹੈ। ਕਾਹਦੀ ਖੁਸ਼ਖਬਰੀ ਭਾਬੀ? ਲੈ, ਖੁਸ਼ਖਬਰੀ ਵੀ ਹੈਗੀ ਏ। ਮੁੰਡਾ ਪੀਆਰ ਹੋ ਗਿਆ? ਉਹ ਨਹੀਂ, ਤੇਰੇ ਲਈ ਖੁਸ਼ਖਬਰੀ ਹੈ। ਮੇਰੇ ਲਈ ਖੁਸ਼ਖਬਰੀ? ਹਾਂ, ਮੈਂ ਕੁੜੀ ਦੇਖ ਕੇ ਆਈ ਆ, ਇੰਨੀ ਸੋਹਣੀ ਹੈ ਨਾ, ਤੈਨੂੰ ਦੇਖਦੇ ਸਾਰ ਪਸੰਦ ਆ ਜਾਣੀ। ਸੋਹਣੀਆਂ ਕੁੜੀਆਂ ਤਾਂ ਪਹਿਲਾਂ ਹੀ ਬਥੇਰੀਆਂ ਦੇਖੀਆਂ ਨੇ, ਅਭੀ ਸਾਰੇ ਮੌਕੇ ਦਾ ਕੇ ਭੱਜ ਜਾਂਦੇ ਨੇ ਬਾਅਦ ਚ। ਉਹ ਨਹੀਂ, ਹੁਣ ਤੇ ਤੇਰਾ ਕਰਾ ਕੇ ਹਟਣਾ, ਤੂੰ ਦੇਖੀ ਗਈ ਤੂੰ। ਚੱਲ ਤੂੰ ਘਰ ਚੱਲ, ਸ਼ਾਮ ਨੂੰ ਤੈਨੂੰ ਦਿਖਾਉਣੀ ਆ, ਨਾਲੇ ਸਾਗ ਲਿਆ ਚੁੱਕ ਕੇ। ਚੱਲ ਲਿਆਉਣਾ ਮੈਂ ਸਾਗ, ਚੱਲ ਦੇਖਦੇ ਆ ਕੀ ਬਣਦਾ। ਚੱਲ ਪੁੱਟ ਲੈ ਹੋਰ ਚਾਰ ਕੁ। ਠੀਕ ਆ ਭਾਬੀ। ਹਾਂ ਹਾਂ, ਐ ਕੀ ਕਿਹਨੇ ਦੱਸ ਪਾਈ ਆ ਰਿਸ਼ਤੇ ਦੀ? ਉਹ ਦੱਸ ਨੀ ਪਾਈ ਕਿਸੇ ਨੇ, ਉਹ ਤਾਂ ਮੇਰੇ ਪੇਕਿਆਂ ਚੋਂ ਐ। ਪੇਕੇ ਦਾ ਠੀਕ ਐ, ਪਹਿਲਾਂ ਵਾਲਾ ਕੰਮ ਨਾ ਹੋਵੇ ਵੀ ਖਾ ਪੀ ਕੇ ਤੁਰਦੇ ਵੜਨ। ਉਹ ਹੋਰ ਨੀ, ਉਹ ਗੱਲਾਂ ਹੁੰਦੀਆਂ ਹੈਗੀਆਂ, ਪਹਿਲੀਆਂ ਗੱਲਾਂ ਹੋਰ ਸੀ, ਇਹ ਤਾਂ ਮੇਰੇ ਪੇਕਿਆਂ ਚੋਂ ਐ। ਤੇ ਨਾਲੇ ਇੱਕ ਗੱਲ ਹੋਰ ਸੁਣ, ਮੈਂ ਉਹਨਾਂ ਨੂੰ ਕਿਹਾ ਵੀ ਸਾਡੇ ਕੋਲ 15 ਕਿੱਲੇ ਜ਼ਮੀਨ ਐ ਤੇ 20-25 ਮੈਸਾਂ ਨੇ, ਤੇ ਨਾਲੇ ਮੈਂ ਉਹਨਾਂ ਨੂੰ ਕਿਹਾ ਵੀ ਉਹ ਇਕੱਲੇ ਹੀ ਸਾਂਭਦਾ ਮੁੰਡਾ। ਚਲੋ ਆਹ ਤਾਂ ਜ਼ਮੀਨ ਵਾਲੀ ਗੱਲ ਤਾਂ ਠੀਕ ਐ। ਹਾਂ, ਮੈਸਾਂ ਤਾਂ ਆਪਣੇ ਕੋਲ ਸਾਰੀਆਂ 10 ਨੇ। ਓਹੋ, ਤੂੰ ਕਹਿੰਦਾ ਟੈਨਸ਼ਨ ਲਈ ਜਾਂਦਾ, ਆਪੇ ਤੇਰਾ ਬਾਈ ਸਾਂਭ ਲੂਗਾ, ਤੂੰ ਐਵੇਂ ਕਹਿੰਦਾ ਟੈਨਸ਼ਨ ਲਈ ਜਾਂਦਾ। ਚਲੋ ਬਾਈ ਵਾਲੀ ਗੱਲ ਤਾਂ ਮੈਨੂੰ ਯਾਦ ਆ ਗਿਆ, ਬਾਈ ਕਿੱਥੇ ਐ? ਉਹ ਵੀ ਆਉਂਦਾ ਹੋਣਾ ਮੋਟਰ ਤੇ, ਉਹ ਕਹਿੰਦਾ ਸੀ ਮੈਂ ਤੈਨੂੰ ਮਿਲਣਾ, ਤੇ ਨਾਲੇ ਅਸਲ ਚ ਮੂਲੀਆਂ ਤੇ ਸਾਗ ਲੈ ਕੇ ਨਾ ਫਟਾਫਟ ਘਰ ਨੂੰ ਆ ਜਾ, ਬਣਾਉਣੀ ਵੀ ਹੈ ਨਾਲੇ। ਚੱਲ ਚੱਲ ਆ ਗਿਆ ਮੈਂ ਘਰ ਨੂੰ। ਆਹੋ, ਨਾਲੇ ਤੇਰਾ ਬਾਈ ਆਉਂਦਾ ਪਿਆ ਹੋਣਾ ਕਿਤੇ। ਠੀਕ ਆ ਚੱਲ ਆ ਗਿਆ। ਬਾਈ ਦਾ ਕਿੰਨਾ ਸੋਚਦਾ ਯਾਰ ਮੇਰੇ ਬਾਰੇ, ਮੈਂ ਤਾਂ ਉਵੇਂ ਉਹਨੂੰ ਗਲਤ ਸਮਝ ਗਿਆ, ਮੈਨੂੰ ਤਾਂ ਐਂ ਕਿਤੇ ਟੰਕਾ ਲਾਉਣ ਨੂੰ ਫਿਰਦਾ। ਉਹ ਕਿਵੇਂ ਪਏ ਆ ਦੇਖ, ਉੱਠ ਆ ਗਿਆ ਬਾਈ। ਹਾਂ ਹਾਂ, ਜਿਹੜਾ ਤੈਨੂੰ ਕੰਮ ਕਿਹਾ ਦੀ ਲੈ, ਬਾ ਨੇਪਰੇ ਚੜ ਗਿਆ, ਆ ਇਕੱਲੇ ਤੇਰੇ ਤੇਰੇ ਸਹਿਮ ਬਹਿ ਗਏ ਹੁਣ। ਚੜ ਗਿਆ, ਮੰਨ ਗਿਆ ਮੈਨੇਜਰ? ਹਾਂ, ਛੱਡਦੇ ਆਪਾਂ ਮਨਾਉਣ ਨੂੰ, ਆ ਤੇਰੇ ਸਹਿਮ ਬਹਿ ਗਏ ਇਕੱਲੇ, ਆ ਸਹਿਣ ਮਾਰਦੇ ਕਿਰਾਏ ਦੇ ਤੇ ਲੈ। ਸਹਿਣ ਤਾਂ ਮਾਰ ਦਿੰਦਾ, ਸਿਫਾਰਸ਼-ਸਬੂਤ ਤਾਂ ਹੀ ਲਾਉਣੀ ਪਈ ਦੇ ਦੀ। ਓਏ, ਮੇਰਾ ਕੰਮ ਹੈ, ਤੂੰ ਕਾਹਨੂੰ ਟੈਨਸ਼ਨ ਲੈਣਾ? ਮੈਂ ਤੇਰੇ ਕੋਲ 25 ਮੱਝਾਂ, ਮੇਰੀ ਜ਼ਿੰਮੇਵਾਰੀ ਹੈ, ਆਈਆਂ ਖੜੀਆਂ। ਠੀਕ ਆ, ਮਾਰ ਘੁੰਗੀ ਜੇ ਤੇ ਪੈਸੇ ਪੂਸੇ ਤਾਂ ਹੀ ਦੇਣੇ ਪਏ। ਓਏ ਯਾਰ, ਮੈਂ ਦੇਣੇ ਜੇ ਦੇਣੇ ਵੀ ਪਏ, ਮੈਂ ਬੈਠਾ, ਮੈਂ ਤੈਨੂੰ ਕੀ ਚੱਕਰ ਹੈ, ਤੂੰ ਟੈਨਸ਼ਨ ਨਾ ਲੈ, ਤੂੰ ਬਸ ਮੱਝਾਂ ਸਾਂਭਣ ਦੇ ਤਿਆਰੀ ਕਰ, ਐਂ ਕਰ ਲੈ ਕਿ ਮਾਰਕੂਗੀ ਜਿੱਥੇ ਕਾ ਘੁੱਗੀ, ਤੈਨੂੰ ਪਤਾ ਤਾਂ ਹੈ। ਓਹੋ, ਇਹਦਾ ਮੇਰਾ ਵੀ ਚੱਕ ਲਿਆ ਆ। ਓ ਯਾਰ, ਇਹਨੂੰ ਲੋਕਾਂ ਚ ਵਿਚਰਦਾ, ਮੇਰਾ ਧਿਆਨ ਹੀ ਨਹੀਂ ਰਹਿਣਾ ਹੈਗਾ ਵੀ ਕਿਹੜਾ ਮੁੱਠਾ ਲਾਉਂਦਾ ਕਿਹੜਾ ਸਹਿਣ ਕਰਦਾ। ਇਹਨੂੰ ਲੈ, ਇਹਨਾਂ ਆਪਣੇ ਭਾਈ ਬਾਰੇ ਨਹੀਂ ਪਤਾ ਵੀ ਅਨਪੜ ਬੰਦਾ ਹੈ। ਹੁਣ ਮੈਂ ਕਿਹੜਾ ਥਾ ਲਾਊਗਾ ਉਹ। ਓ ਯਾਰ, ਮੈਂ ਕਿਹੜਾ ਤੈਨੂੰ ਰੋਜ਼ ਲੋਨ ਕਰਾ ਕੇ ਦਿੰਦਾ, ਜਾਂ ਆਪਾਂ ਰੋਜ਼ ਕੰਮ ਕਰਾਉਂਦੇ ਫਿਰਦੇ ਆ, ਆਪਾਂ ਤਾਂ ਲੋਕਾਂ ਦੇ ਕਰਾਉਂਦੇ ਆ, ਹੁਣ ਆਪਣਾ ਤਾਂ ਪਹਿਲੀ ਵਾਰ ਲੋੜ ਪਈ ਹੈ। ਚੱਲ ਠੀਕ ਹੈ, ਕੋਈ ਨਹੀਂ, ਲਿਆ ਤੂੰ, ਉਹ ਲਿਆ ਜਿਹੜੀ ਉਹ ਮੈਂ ਹੁਣ ਉਹ ਭੁੱਲ ਗਿਆ, ਹੁਣ ਸ਼ਾਹੀ ਗੱਡੀ 'ਚ ਪਈ ਹੋਊਗੀ, ਲਿਆ ਚੱਕ ਕੇ। ਹਾਂ, ਇੱਥੇ ਕਹਿਣਾ ਅੰਗੂਠਾ ਲਾ ਦਿੰਦਾ। ਉਹ ਬਸ 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 ਬਸ, ਚੱਲ ਆਪਾਂ ਕਰ ਲੈਂਦੇ ਆ ਤਾਂ ਹਿੱਲਾ, ਕੋਈ ਨਹੀਂ ਗੱਡੀ 'ਚ ਕਰ ਲਾਂਗੇ, ਇਹਨੂੰ ਤਾਂ ਲਾ ਲਾਂਗੇ। ਹੋਰ ਹੋਰ ਲੈ, ਹੁਣ ਮੈਂ ਦੇਖ ਲਈ ਵੀ ਤੇਰੀ ਕੋਈ ਪਸੰਦ ਦੀ ਕਿਤੇ ਹੈਗੀ ਆ ਖੜੀ ਮਹਿਸੂਸ, ਦੇਖ ਲਈ ਉਹ ਵੀ ਚੱਕ ਲਿਆਵਾਂਗੇ ਆਪਾਂ। ਮੈਸ ਤਾਂ ਲਿਆਵਾਂਗੇ। ਹਾਂ, ਭਰਜਾਈ ਗੱਲ ਕਹਿੰਦੀ ਸੀ ਕੋਈ ਮੈਨੂੰ ਅੱਜ। ਉੱਪਰ ਜਾਈ ਕੀ ਕਹਿੰਦੀ, ਇਹ ਤਾਂ ਰੋਜ਼ ਹੀ ਮੋਟਰ ਤੇ ਆਉਂਦੀ ਆ, ਕੋਈ ਨਾ ਕੋਈ ਸਿਆਪਾ ਛੇੜੀ ਰੱਖਦੀ ਆ, ਤੂੰ ਉਹਦੀ ਛੱਡ ਤੂੰ। ਹਾਂ, ਬਸ ਪਹਿਲਾਂ ਆਪਾਂ ਕਰਾ ਲਈਏ, ਉਹ ਫੇਰ ਕਰਾਂਗੇ ਕੰਮ, ਟੈਨਸ਼ਨ ਨਾ ਲੈ। ਗੌਰ ਰੱਖਿਓ ਕੰਮ ਦੀ ਵੀ ਯਾਰ, ਉਹ ਤੈਨੂੰ ਪਤਾ ਹੈ ਉਹਦਾ ਹੋ ਜਾਣਾ, ਮੇਨ ਕੰਮ ਆ ਜ਼ਰੂਰੀ ਹੈ, ਆਹ ਕੰਮ ਹੋ ਗਿਆ, ਬਸ ਟੈਨਸ਼ਨ ਨਾ ਲੈ ਤੂੰ। ਬਸ ਠੀਕ ਆ, ਕੋਈ ਨੀ, ਤੂੰ ਭਾਈ ਜੀ ਮੈਂ ਜਿੱਥੇ ਕਹੇਗਾ ਲਾ ਦੂੰ ਅੰਗੂਠਾ। ਭਾਬੀ ਨੇ ਜਿਹੜੀ ਗੱਲ ਕਹੀ ਹੈ, ਨਾਲ ਗਿਆ ਤਾ ਤੂੰ ਭਾਬੀ। ਉਹ ਯਾਰ, ਕਮਾਲ ਦੀ ਗੱਲ ਹੈ, ਭਾਬੀ ਨੇ ਜੋ ਤੈਨੂੰ ਕਹਿਤਾ, ਹੁਣ ਮੇਰੇ ਨਾਲ ਹੀ ਜਾਂਦੀ ਹੈ, ਜੇ ਕਿਤੇ ਜਾਂਦੀ ਹੈ ਹੋਰ ਕਿਤੇ ਇਕੱਲੀ ਥੋੜਾ ਜਾਊ, ਪਤਾ ਨਹੀਂ ਕੀ ਕਹੇਗੀ। ਕੋਈ ਟੈਨਸ਼ਨ ਨਾ ਲੈ ਤੂੰ, ਜੋ ਵੀ ਕਿਹਾ ਉਹਨੇ ਸੱਚੇ ਕਹਿੰਦੀ, ਉਹ ਬੜੇ ਝੂਠ ਬੋਲਦੀ ਹੈ ਮੇਰੇ ਨਾਲ। ਤੈਨੂੰ ਪਤਾ ਮੈਂ ਯਕੀਨ ਆ ਮੈਨੂੰ ਤੇ ਪੂਰਾ, ਬਸ ਬਸ ਭਰਜਾਈ ਦਾ ਵੀ ਪੂਰਾ ਯਕੀਨ ਆ ਮੈਨੂੰ, ਵਾ ਵਾ, ਤੂੰ ਯਕੀਨ ਆ ਪੂਰਾ। ਟੈਨਸ਼ਨ ਨਾ ਲੈ ਤੂੰ, ਖੇਤ ਕੂਤ ਸਾਂਭ, ਆਪਣਾ
ਮੱਝਾਂ ਮੁੱਝਾਂ ਵਾਲਾ ਕੰਮ ਧਿਆਨ ਰੱਖ ਪੂਰਾ ਐਨ ਮਾਤਾ ਮਿਸਤਰੀ ਨੂੰ ਸੁਨੇਹਾ ਲਾਤਾ ਹਾਂ ਵੀ ਖੁਰਲੀ ਖਰਲੀ ਬੜੀ ਕਰਦੇ ਹੁਣ ਇਹਨੇ ਖੁਰਲੀ ਕਾਹਨੂੰ ਹਲੇ ਬੜੀ ਕਰਾਉਣੀ ਹੈ ਉਹ ਮੈਸਾਂ ਨੀ ਲਿਆਉਣੀਆਂ ਹੋਰ ਨਾਲੇ ਕਹਿੰਦਾ 25 ਮੈਸਾਂ ਹੋ ਜਾਣਗੀਆਂ ਉਹ 25 ਤਾਂ ਕਰਨੀਆਂ ਨੇ ਪਹਿਲੀ ਕਾਹਨੂੰ ਖੁਰਲੀ ਪਹਿਲਾਂ ਮੈਸਾਂ ਤੇ ਲਈ ਆਪਾਂ ਤੂੰ ਖੁਰਲੀ ਨਾ ਹਲਿਆ ਨਾ ਸਿਆਪਾ ਛੇੜੀ ਐਵੇਂ ਖਰਚਾ ਬੰਦਾ ਹਾਂ ਪਹਿਲਾਂ ਤਾਂ ਆਪਾਂ ਮੈਸਾਂ ਲਈਏ ਮੈਸਾਂ ਵੀ ਹਜੇ ਬਾਅਦ ਚ ਆਉਣਗੇ ਪਹਿਲਾਂ ਤਾਂ ਕਰਾ ਲਈਏ ਪੈਸੇ ਤਾਂ ਹੁਣ ਪੈਸੇ ਨਾਲ ਆਉਣਗੀਆਂ ਠੀਕ ਹੈ ਕੋਈ ਨੀ ਤੂੰ ਆ ਜਾ ਪਹਿਲਾਂ ਆਹ ਕਰੀਏ ਕਾਰ ਵਿੱਚ ਆ ਜਾ ਆ ਗਏ ਹੋਰ ਹੋਰ ਉਹਦਾ ਤੂੰ ਮੋਟਰ ਤੇ ਕੀ ਸਿਆਪਾ ਛੇੜੀ ਕਿਉਂ ਮੈਂ ਕੀ ਛੇੜ ਗਈ ਮੈਂ ਤਾਂ ਕੁਛ ਨਹੀਂ ਕਿਹਾ ਤੂੰ ਬੜੇ ਭਾਈ ਨੂੰ ਕੀ ਕਹੇ ਉਹ ਵਾਰ ਵਾਰ ਪੁੱਛੀ ਜਾਂਦਾ ਦੀ ਭਾਬੀ ਨੇ ਜੋ ਕਿਹਾ ਭਾਬੀ ਨੇ ਜੋ ਕਿਹਾ ਮਾਂ ਪਤਾ ਨਹੀਂ ਕੀ ਸਿਆਪਾ ਛੇੜ ਗਈ ਨਾ ਮਾਂ ਓਹੋ ਸਿਆਪਾ ਥੋੜੀ ਛੇੜਿਆ ਉਹ ਮੈਂ ਤਾਂ ਰਿਸ਼ਤੇ ਬਾਰੇ ਕਿਹਾ ਸੀਗਾ ਉਹਨੂੰ ਕੋਈ ਆਇਆ ਰਿਸ਼ਤੇ ਉਹ ਰਿਸ਼ਤਾ ਕਰਨ ਨੂੰ ਆਇਆ ਮੈਂ ਤਾਂ ਹੁੰਜੇ ਕਹਿ ਤਾ ਉਹਨੂੰ ਟਰਕਾਇਆ ਸਿਰਫ ਉਹ ਸਾਈਨ ਨਹੀਂ ਸੀ ਨਾ ਕਰਦਾ ਉਹ ਤਾਂ ਕਰਕੇ ਉਹਨੂੰ ਟਰਕਾਇਆ ਮੈਂ ਭਲੀਏ ਮਾਂ ਸੇ ਉਹਨੇ ਆਪਾਂ ਨੂੰ ਥੋੜਾ ਕਿਹਾ ਵੀ ਮੈਂ ਸਾਈਨ ਨਹੀਂ ਕਰਦਾ ਉਹ ਤਾਂ ਵੈਸੇ ਲੱਗਦਾ ਸੀ ਉਹ ਤੋਂ ਵੀ ਸ਼ਾਇਦ ਨਾ ਕਰੇ ਤੂੰ ਤਾਂ ਹੋਰ ਨਵੇਂ ਨਵੇਂ ਸੱਪੇ ਛਿੜੀ ਜਾਇਆ ਕਰ ਓਹੋ ਫਿਰ ਕੀ ਹੋ ਗਿਆ ਆਪਣਾ ਤਾਂ ਕੰਮ ਹੋ ਜਾਊਗਾ ਇਹ ਵੀ ਤਾਂ ਸੋਚੋ ਨਾ ਕੰਮ ਹੋਣ ਨੂੰ ਲੋਨ ਵਗੈਰਾ ਹੋਣ ਨੂੰ ਟਾਈਮ ਲੱਗਦਾ ਹੁੰਦਾ ਜੇ ਵਿੱਚ ਨੂੰ ਉਹਨੂੰ ਪਤਾ ਲੱਗ ਗਿਆ ਦੱਸ ਬੈਂਕ ਪਹੁੰਚ ਗਿਆ ਅਗਲਾ ਦੱਸੇਗਾ ਕੌਣ ਉਹ ਪਤਾ ਲੱਗਣੋਂ ਰਹਿੰਦਾ ਹੁੰਦਾ ਕਿਤੇ ਇਹ ਚੀਜ਼ਾਂ ਦਾ ਲੈ ਤੂੰ ਗੱਲ ਸੁਣ ਹੁਣ ਕੋਈ ਨਾ ਕੋਈ ਦੇਖ ਮਾੜਾ ਮੋਟਾ ਚਾਹ ਪਾਣੀ ਪਿਲਾਉਣਾ ਪੈਣਾ ਕਿਸੇ ਨੂੰ ਐਂ ਬੁਲਾ ਲਾਂਗੇ ਪੈਸੇ ਦੇ ਕੇ ਹਾਂ ਕੋਈ ਬੁਲਾ ਲਾਂਗੇ ਬਥੇਰੇ ਆਹ ਅੱਜ ਕੱਲ ਐਕਟਿੰਗ ਉਮਟਿੰਗ ਵਾਲੇ ਨੇ ਕਿਸੇ ਨੂੰ ਬੁਲਾ ਲਾਂਗੇ ਕਿਸੇ ਜਨਾਨੀ ਨੂੰ ਪੈਸੇ ਦੇ ਕੇ ਮੁੜ ਕੇ ਕਹਿੰਦਾਗੇ ਭਾਈ ਮੰਨੇ ਨੀ ਆਹੋ ਇਹ ਵੀ ਗੱਲ ਠੀਕ ਹੈ ਤੁਹਾਡੀ ਸੱਚੀ ਗੱਲ ਨੇ ਆਹੀ ਕਰਨਾ ਪੈਣਾ ਹੋਰ ਨਵੇਂ ਨਵੇਂ ਸੱਪੇ ਛੇੜੀ ਜਾਂਦੀ ਤੂੰ ਤਾਂ ਉਹ ਮੈਂ ਇੱਕ ਕੰਮ ਸਿਰੇ ਲਾਈਦਾ ਜਾ ਕੇ ਫਿਰ ਪੰਗਾ ਪਾਉਂਦੀ ਹੈ ਨਾ ਤੂੰ ਮੋਟਰ ਤੇ ਦੱਸ ਕਰਨਾ ਕੀ ਉੱਥੇ ਚਲੀ ਜੀ ਨੇ ਮੂੰਹ ਚੱਕ ਕੇ ਅੱਛਾ ਹਾਂ ਤੁਸੀਂ ਜਾਓ ਨਾ ਤੇ ਮੈਂ ਵੀ ਨਾ ਜਾਵਾਂ ਹਨਾ ਉੱਥੇ ਜਾ ਕੇ ਦੇਖੋ ਨਾ ਵੀ ਉਹ ਕੀ ਕੱਪੜੇ ਕਰਦਾ ਆ 30 ਕਿਲੋ ਤੋਂ ਹੁਣ 15 ਦੇ ਮੱਝਾਂ ਆ ਗਈਆਂ ਦੁੱਧ ਦੱਸ ਕੀ ਪਤਾ ਕਿੱਥੇ ਕਿੱਥੇ ਵੇਚਦਾ ਇਹ ਵੀ ਨਾ ਜਾ ਕੇ ਦੇਖੀ ਹੁਣ ਮੈਂ ਕਿਹੜਾ ਕਹਿੰਦਾ ਨਾ ਜਾ ਉਹ ਗੱਲ ਉੱਥੇ ਮਾੜੀ ਮੋਟੀ ਢੰਗ ਨਾਲ ਊਂ ਚੱਲ ਗੇੜਾ ਮਾਰੇ ਆਉਂਦਾ ਬੰਦਾ ਐ ਥੋੜੀ ਜਾਂਗੇ ਤੂੰ ਨਵਾਂ ਸਿਆਪਾ ਛੇੜ ਦੇ ਹੋ ਗਿਆ ਜੀ ਤੈਨੂੰ ਮੈਨੂੰ ਤਾਂ ਇਹ ਬਸ ਇੱਕ ਵਾਰੀ ਆਪਣਾ ਕੰਮ ਹੋਣ ਦੋ ਤੁਸੀਂ ਸਾਈਨ ਕਰਨ ਦੋ ਉਹਨੂੰ ਉਦੋਂ ਬਾਅਦ ਜੋ ਮਰਜ਼ੀ ਹੋਈ ਜਾਵੇ ਚਲ ਹੁਣ ਨਾ ਕੋਈ ਸਿਆਪਾ ਛੇੜੀ ਮੈਂ ਆਪੇ ਕਰ ਲੂ ਉਹਨਾਂ ਗੱਲ ਉਹ ਨਹੀਂ ਛੇੜਦੀ ਉਹਨਾਂ ਟੈਨਸ਼ਨ ਲਈ ਜਾਂਦੇ ਨੇ